ਜਿੱਥੇ ਸ਼ਹੀਦੀ ਤੋਂ ਬਾਅਦ ਬੱਚਿਆਂ ਦੇ ਸਰੀਰਾਂ ਦੀ ਰੱਖਿਆ ਕੀਤੀ ਸੀ। ਚਲਦੇ ਹਾਂ, ਤੁਹਾਨੂੰ ਦਰਸ਼ਨ ਕਰਾਉਂਦੇ ਹਾਂ, ਬੇਬਾਨ ਕੇ ਚਲਦੇ ਹਾਂ, ਦਰਸ਼ਨ ਕਰਾਉਂਦੇ ਹਾਂ ਅਤੇ ਸਰੀਰਾਂ ਦੀ ਰੱਖਿਆ ਕੀਤੀ ਸੀ ਸ਼ੇਰ ਨੇ, ਅਤੇ ਦਰਸ਼ਨ ਕਰਾਉਂਦੇ ਹਾਂ ਜਿੱਥੇ ਥੜੇ ਬਣਿਆ ਹੋਇਆ, ਨਾਲੇ ਅੰਦਰੋਂ ਦਰਬਾਰ ਸਾਹਿਬ ਦੇ ਗੁਰਦੁਆਰਾ ਫਾਨੀ ਤੌਰ 'ਤੇ ਥੜਾ ਸਾਹਿਬ ਜੀ ਦਾ ਅਤੇ ਮਾਤਾ ਗੁਜਰਿਆ ਗਿਆ ਸੀ ਵਜ਼ੀਰ ਖਾਨ ਵੱਲੋਂ, ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਸੀਗਾ ਨਾਲ ਥੜਾ ਸਾਹਿਬ। ਦਰਸ਼ਨ ਕਰ ਲਏ ਆਪਾਂ ਗੁਰਦੁਆਰਾ ਸਾਹਿਬ ਦੇ, ਇਹ ਰਸਤਾ ਬਿਲਕੁਲ ਸਿੱਧਾ ਅਤੇ ਅੱਗੇ ਖੱਬੇ ਜਾ ਕੇ ਗੁਰਦੇ ਹਾਂ ਆਪਾਂ, ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਦਰਸ਼ਨ ਕਰਦੇ ਹਾਂ। ਮਾਨਗੜ੍ਹ ਸਾਹਿਬ ਦੇ ਦਰਸ਼ਨ ਕਰਾ ਛੱਡੇ ਆਪਾਂ ਪਿੱਛੇ, ਅਤੇ ਜਿੱਥੇ ਥੜਾ ਸਾਹਿਬ ਜਿਹੜਾ ਕਿ ਇੱਥੋਂ 2 ਕਿਲੋਮੀਟਰ ਦੀ ਦੂਰੀ 'ਤੇ ਆ, ਅਤੇ ਤੁਹਾਨੂੰ ਕਰਦੇ ਹਾਂ ਜੋਤੀ ਸਰੂਪ ਗੁਰਦੁਆਰਾ ਸਾਹਿਬ ਦੇ, ਜਿਹੜਾ ਕਿ ਇੱਥੋਂ 2 ਕਿਲੋਮੀਟਰ ਦੀ ਦੂਰੀ 'ਤੇ ਦਰਸ਼ਨ ਕਰਾਉਂਦੇ ਹਾਂ ਤੁਹਾਨੂੰ ਵੀ ਮਾਨਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਦੇ, ਜਿੱਥੇ ਸ਼ਹੀਦੀ ਤੋਂ ਬਾਅਦ ਬੱਚਿਆਂ ਦੇ ਸਰੀਰਾਂ ਦੀ ਰੱਖਿਆ ਕੀਤੀ ਸੀ ਸ਼ੇਰਾਂ ਨੇ, ਕਿਉਂਕਿ ਸਾਰਾ ਜੰਗਲ ਹੁੰਦਾ ਸੀ ਇਹ, ਅਤੇ ਸ਼ਹੀਦੀ ਤੋਂ ਬਾਅਦ ਬੱਚੇ ਦੇ ਸਰੀਰ ਅਤੇ ਮਾਤਾ ਜੀ ਦਾ ਸਰੀਰ ਇੱਥੇ ਪਿਆ ਸੀ, ਅਤੇ ਸਰੀਰਾਂ ਦੀ ਰੱਖਿਆ ਸ਼ੇਰਾਂ ਨੇ ਕੀਤੀ ਸੀ। ਚਲੋ ਚੱਲਦੇ ਹਾਂ, ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਬੇਬਾਨਗੜ੍ਹ ਗੁਰਦੁਆਰਾ ਸਾਹਿਬ ਦੇ। ਦਰਸ਼ਨ ਕਰਦੇ ਹਾਂ ਆਪਾਂ ਗੁਰਦੁਆਰਾ ਬੇਬਾਨਗੜ੍ਹ ਸਾਹਿਬ ਦੇ, ਅਤੇ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ, ਦਰਸ਼ਨ ਕਰਾਉਂਦੇ ਹਾਂ ਗੁਰਦੁਆਰਾ ਸਾਹਿਬ ਜਿੱਥੇ ਸ਼ਹੀਦੀ ਤੋਂ ਬਾਅਦ ਬੱਚਿਆਂ ਦੇ ਸਰੀਰ ਪਏ ਸੀਗੇ, ਅਤੇ ਸਾਰਾ ਜੰਗਲ ਹੁੰਦਾ ਸੀ ਇੱਥੇ, ਸਰੀਰਾਂ ਦੀ ਰੱਖਿਆ ਕੀਤੀ ਸੀ ਸ਼ੇਰ ਨੇ, ਅਤੇ ਨਾਲ ਮਾਤਾ ਜੀ ਗੁਜਰੀ ਜੀ ਦੇ। ਇਹ ਇਤਿਹਾਸ ਆ, ਤੁਸੀਂ ਇੱਥੋਂ ਇਤਿਹਾਸ ਪੜ੍ਹ ਸਕਦੇ ਹੋ ਪੌਸ ਕਰਕੇ, ਅਤੇ ਇੱਥੇ ਸਾਰਾ ਇਤਿਹਾਸ ਲਿਖਿਆ ਹੋਇਆ। ਅਤੇ ਆਪਾਂ ਤਲੇ ਤੁਹਾਨੂੰ ਭੋਰਾ ਸਾਹਿਬ ਦੇ ਵੀ ਦਰਸ਼ਨ ਕਰਾਉਂਦੇ ਹਾਂ ਜਿੱਥੇ ਥੜੇ ਬਣਿਆ ਹੋਇਆ, ਚੱਲਦੇ ਹਾਂ ਅਤੇ ਤੁਹਾਨੂੰ ਆਪਾਂ ਦਰਸ਼ਨ ਕਰਾਉਂਦੇ ਹਾਂ ਨੀਚੇ ਭੋਰਾ ਸਾਹਿਬ ਦੇ, ਨਾਲੇ ਅੰਦਰੋਂ ਦਰਬਾਰ ਸਾਹਿਬ ਦੇ। ਦਰਸ਼ਨ ਕਰੋ ਦਰਬਾਰ ਸਾਹਿਬ ਦੇ ਗੁਰਦੁਆਰਾ ਬੇਬਾਨਗੜ੍ਹ ਸਾਹਿਬ, ਦਰਸ਼ਨ ਕਰਾਉਂਦੇ ਹਾਂ ਨੀਚੇ ਭੋਰਾ ਸਾਹਿਬ ਦੇ ਜਿੱਥੇ ਨਿਸ਼ਾਨੀ ਤੌਰ 'ਤੇ ਥੜਾ ਸਾਹਿਬ ਬਣੇ ਹੋਏ ਨੇ। ਅਤੇ ਇਹ ਥੜਾ ਸਾਹਿਬ ਮਾਤਾ ਗੁਜਰੀ ਜੀ ਦਾ, ਅਤੇ ਮਾਤਾ ਗੁਜਰੀ ਜੀ ਨੂੰ ਕਿਲੇ ਦੀ ਦੀਵਾਰ ਤੋਂ ਗਿਰਾ ਕੇ ਸ਼ਹੀਦ ਕੀਤਾ ਗਿਆ ਸੀ ਵਜ਼ੀਰ ਖਾਨ ਵੱਲੋਂ 26 ਦਸੰਬਰ 1704 ਈਸਵੀ ਨੂੰ, ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਸੀਗਾ ਨਾਲ। ਅਤੇ ਦਰਸ਼ਨ ਕਰੋ ਥੜਾ ਸਾਹਿਬ ਬਾਬਾ ਜ਼ੋਰਾਵਰ ਸਿੰਘ ਜੀ, ਦਰਸ਼ਨ ਕਰ ਲਏ ਆਪਾਂ ਗੁਰਦੁਆਰਾ ਸਾਹਿਬ ਦੇ। ਆਪਾਂ ਹੁਣ ਗੁਰਦੁਆਰਾ ਸਾਹਿਬ ਜੋਤੀ ਸਰੂਪ ਸਾਹਿਬ ਦੇ ਦਰਸ਼ਨ ਕਰਨ ਚੱਲਦੇ ਹਾਂ। ਇਹ ਰਸਤਾ ਬਿਲਕੁਲ ਸਿੱਧਾ ਅਤੇ ਅੱਗੇ ਖੱਬੇ ਜਾ ਕੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਨੂੰ ਜਾਂਦਾ। ਚਲੋ ਚੱਲਦੇ ਹਾਂ ਆਪਾਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਦਰਸ਼ਨ ਕਰਦੇ ਹਾਂ, ਅਤੇ ਨਾਲੇ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ। ਤੁਹਾਨੂੰ ਗੁਰਦੁਆਰਾ ਬੀਬਾਨਗੜ੍ਹ ਸਾਹਿਬ ਦੇ ਦਰਸ਼ਨ ਕਰਾ ਛੱਡੇ ਆਪਾਂ ਪਿੱਛੇ, ਅਤੇ ਜਿੱਥੇ ਥੜਾ ਸਾਹਿਬ ਆ, ਅਤੇ ਹੁਣ ਆਪਾਂ ਚੱਲਦੇ ਹਾਂ ਜੋਤੀ ਸਰੂਪ ਗੁਰਦੁਆਰਾ ਸਾਹਿਬ, ਜਿਹੜਾ ਕਿ ਇੱਥੋਂ 2 ਕਿਲੋਮੀਟਰ ਦੀ ਦੂਰੀ 'ਤੇ ਆ, ਅਤੇ ਤੁਹਾਨੂੰ ਹੁਣ ਦਰਸ਼ਨ ਕਰਾਉਂਦੇ ਹਾਂ ਜੋਤੀ ਸਰੂਪ ਗੁਰਦੁਆਰਾ ਸਾਹਿਬ ਦੇ। ਚੱਲਦੇ ਹਾਂ, ਚਲੋ ਦਰਸ਼ਨ ਕਰਦੇ ਹਾਂ ਜੋਤੀ ਸਰੂਪ ਗੁਰਦੁਆਰਾ ਸਾਹਿਬ ਦੇ, ਜਿਹੜਾ ਕਿ ਇੱਥੋਂ 2 ਕਿਲੋਮੀਟਰ ਦੀ ਦੂਰੀ 'ਤੇ ਆ।